सुनया उन्हां दा होवे कला की उदा जेड़े तेरी हजूरी विच झुकदे ने जीवन लैर फिर उन्हां चो होए पैदा सोमे जिंदगी दे जेड़े रुकदे ने मुड़ के उस नू आसा दा बूर लगे मुड़ के उस नू आसा दा बूर लगे सोमे जिंदगी दे जेड़े सुकदे ने शर्ता नाल जो इस दरबार आवे ओदे गेड़ा चरासी दे मुकदे ने ओदे पैंडे चरासी दे मुकदे ने तेरे कौन 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 कह कह गावा तू साहेब गुणी निदाना तुम्हारी महिमा बनना ना चाको तू ठाकर ऊंचा भगवाना जियो पाए पिंड जन साजा दिता पहनन खान अपने दास की आप पैद रखी नानक सद कुरबान नानक सद कुरबान भावे तत्ते थम होण लाल जी सेवकां नू राम लैंदा है बचाल जी सेवकां नू राम लैंदा है बचाल जी मारदे ने जेड़े ओही मारे जांदे ने रख दे भरोसा जेड़े तारे जांदे ने रख दे भरोसा जेड़े तारे जांदे ने भावें तत्ते थम होण लालो लाल जी सेवकां नू राम लैंदा है बचाल जी सेवकां नू राम लैंदा है बचाल जी मारदे ने जेड़े ओयो मर जांदे ने रख दे भरोसा जेड़े तार जांदे ने रख दे भरोसा जेड़े तार जांदे ने लथ ना धरो पति दे सके तीर जी हर हट बैग जालम अखीर जी हर हट बैग जालम अखीर जी जिते होए वैरी वेखे हारे जांदे ने रख दे भरोसा जेड़े तारे जांदे ने रख दे भरोसा जेड़े तारे जांदे ने ओ जितिया पर दिला लो थापी मार के योर वाला चलिया दे पग हार के जितिया परे चलालो थापी मार के योर वाला पग चलिया दे हार के योर वाला पग चलिया दे हार के कोदरे सुके च दुध भर जांदे ने रख दे भरोसा जेड़े तार जांदे ने रख दे भरोसा जेड़े तार जांदे ने कल्याण दी ना लत वड्डी गई राजे मंडी वाले पासों कार कटी गई राजे मंडी वाले पासों कार कटी गई मंगण नु माफी गुरु धारे
रख दे भरोसा जेड़े तारे जांदे ने, रख दे भरोसा जेड़े तारे जांदे ने। ओ बाबा मेरी डंडना पट्ठी ने साड़िया, बाबा मेरी डंडना पट्ठी ने साड़िया, ਜਿੰਨੇ ਬਾਬੀ ਮਿਰਜੇ ਦਾ ਪੋਲ ਪਾੜਿਆ, ਜਿੰਨੇ ਬਾਬੀ ਮਿਰਜੇ ਦਾ ਪੋਲ ਪਾੜਿਆ। ਲੈ ਕੇ ਦਸ਼ਾਲੇ ਸਿੱਖ ਘਰ ਜਾਂਦੇ ਨੇ, ਰੱਖਦੇ ਭਰੋਸਾ ਜਿਹੜੇ ਤਾਰ ਜਾਂਦੇ ਨੇ, ਰੱਖਦੇ ਭਰੋਸਾ ਜਿਹੜੇ ਤਾਰ ਜਾਂਦੇ ਨੇ। ਭੂਸਣ ਵੱਡੇ ਨੂੰ ਵੇਖੋ ਮਿਲੀ ਜ਼ਿੰਦਗੀ, ਹਾਂ ਮਿਲੀ ਜ਼ਿੰਦਗੀ, ਸਿਰ ਧੜ ਜੋੜ ਦਿੱਤਾ ਬਖਸ਼ਿੰਦ ਜੀ, ਸਿਰ ਧੜ ਜੋੜ ਦਿੱਤਾ ਬਖਸ਼ਿੰਦ ਜੀ। ਆ ਭੂਸਣ ਪਿਆਰ ਦਾ ਲਵਾਰੇ ਜਾਂਦੇ ਨੇ, ਰੱਖਦੇ ਭਰੋਸਾ ਜਿਹੜੇ ਤਾਰੇ ਜਾਂਦੇ ਨੇ। ਮੂਸਣ ਪਿਆਰ ਦਾ ਲਵਾਰੇ ਜਾਂਦੇ ਨੇ, ਰੱਖਦੇ ਭਰੋਸਾ ਜਿਹੜੇ ਤਾਰੇ ਜਾਂਦੇ ਨੇ, ਰੱਖਦੇ ਭਰੋਸਾ ਜਿਹੜੇ ਤਾਰੇ ਜਾਂਦੇ ਨੇ। ਇੱਕ ਬਾਜੋ ਚੱਕੋ ਡੇੜੀ ਚੱਲੀ ਸੱਖਣੀਆ, ਇੱਕ ਬਾਜੋ ਜੱਗੋਂ ਦੇਣੀ ਚੱਲੀ ਸੱਖਣੀ, ਸੱਤ ਪੁੱਤ ਗੁਰਾਂ ਤੋਂ ਲੈ ਗਈ ਸੁਲੱਖਣੀ, ਸੱਤ ਪੁੱਤ ਗੁਰਾਂ ਤੋਂ ਲੈ ਗਈ ਸੁਲੱਖਣੀ। ਏਕੇ ਦਾ ਗੁਰੂ ਜੀ ਸਾਦਾ ਕਰ ਜਾਂਦੇ ਨੇ, ਰੱਖਦੇ ਭਰੋਸਾ ਜਿਹੜੇ ਤਾਰ ਜਾਂਦੇ ਨੇ, ਰੱਖਦੇ ਭਰੋਸਾ ਜਿਹੜੇ ਤਾਰ ਜਾਂਦੇ ਨੇ। ਮੱਖਣ ਦਾ ਬੇੜਾ ਦੇ ਸਹਾਰਾ ਤਾਰਿਆ, ਮੋਟਿਆਂ ਚ ਕਿੱਲ ਖੁਬੇ ਬੇਸ਼ੁਮਾਰਿਆ, ਮੋਟਿਆਂ ਚ ਕਿੱਲ ਖੁਬੇ ਬੇਸ਼ੁਮਾਰਿਆ। ਨਾਵੇਂ ਗੁਰੂ ਪਹੁੰਚ ਲਾ ਕੇ ਪਾਰ ਜਾਂਦੇ ਨੇ, ਰੱਖਦੇ ਭਰੋਸਾ ਜਿਹੜੇ ਤਾਰੇ ਜਾਂਦੇ ਨੇ, ਰੱਖਦੇ ਭਰੋਸਾ ਜਿਹੜੇ ਤਾਰੇ ਜਾਂਦੇ ਨੇ। ਅੱਗ ਜਿੱਤ ਪਾ ਕੇ ਠੋਕੀਆਂ ਬਰੰਦੀਆਂ, ਅੱਖੀਆਂ ਨਾ ਨੂਰ ਵੱਲੋਂ ਹੋਈਆਂ ਵੰਦੀਆਂ, ਅੱਖੀਆਂ ਨਾ ਨੂਰ ਵੱਲੋਂ ਹੋਈਆਂ ਵੰਦੀਆਂ। ਕਸ਼ਟ ਦੋਹਾਂ ਦਾ ਗੁਰੂ ਜਾਰ ਜਾਂਦੇ ਨੇ, ਰੱਖਦੇ ਭਰੋਸਾ ਜਿਹੜੇ ਤਾਰ ਜਾਂਦੇ ਨੇ, ਰੱਖਦੇ ਭਰੋਸਾ ਜਿਹੜੇ ਤਾਰ ਜਾਂਦੇ ਨੇ। ਰੁਸਤਮ ਤੇ ਬਾਲਾ ਰਾਓ ਨੂੰ ਸਤਾਰੇ ਤੋਂ, ਕੱਟ ਲਿਆ ਗੁਰਾਂ ਨੇ ਦਿੰਦੇ ਕੁੰਡੇ ਮਾਰੇ ਚੋਂ, ਕੱਟ ਲਿਆ ਗੁਰਾਂ ਨੇ ਦਿੰਦੇ ਕੁੰਡੇ ਮਾਰੇ ਚੋਂ। ਸਾਗਰਾਂ ਨੂੰ ਚੀਰ ਲੰਘ ਨਾਰੇ ਜਾਂਦੇ ਨੇ, ਰੱਖਦੇ ਭਰੋਸਾ ਜਿਹੜੇ ਤਾਰੇ ਜਾਂਦੇ ਨੇ। ਸਾਗਰਾਂ ਨੂੰ ਚੀਰ ਲੰਘ ਨਾਰੇ ਜਾਂਦੇ ਨੇ, ਰੱਖਦੇ ਭਰੋਸਾ ਜਿਹੜੇ ਤਾਰੇ ਜਾਂਦੇ ਨੇ, ਰੱਖਦੇ ਭਰੋਸਾ ਜਿਹੜੇ ਤਾਰੇ ਜਾਂਦੇ ਨੇ। ਓ ਰੱਖ ਕੇ ਭਰੋਸਾ ਜਿੰਨਾ ਨੇ ਦਿਆਲਿਆ, ਧੰਨੇਵਾਦ ਕੰਮ ਰੱਬ ਤੋਂ ਕਰਾ ਲਿਆ, ਰੱਖ ਕੇ ਭਰੋਸਾ ਜਿੰਨਾ ਨੇ ਦਿਆਲਿਆ, ਧੰਨੇਵਾਦ ਕੰਮ ਰੱਬ ਤੋਂ ਕਰਾ ਲਿਆ, ਧੰਨੇਵਾਦ ਕੰਮ ਰੱਬ ਤੋਂ ਕਰਾ ਲਿਆ। ਪੈਂਕਾ ਸਿਰ ਚਰਨੀ ਜੋ ਧਰ ਜਾਂਦੇ ਨੇ, ਰੱਖਦੇ ਭਰੋਸਾ ਜਿਹੜੇ ਤਾਰ ਜਾਂਦੇ ਨੇ, ਰੱਖਦੇ ਭਰੋਸਾ ਜਿਹੜੇ ਤਾਰ ਜਾਂਦੇ ਨੇ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰੰਗ। ਸਾਧ ਸੰਗਤ ਜੀ, ਬੜੀ ਢਿੱਲੀ ਜੀ ਆਵਾਜ਼ ਆਈ, ਆਪਾਂ ਸਾਰੇ ਰਹਿਰਾਸ ਸਭ ਕਰਦੇ ਹਾਂ, ਜੇ ਕਰਦੇ ਨਹੀਂ ਤੇ ਸੁਣਦੇ ਤੇ ਜ਼ਰੂਰ ਆਉਣਾ ਸ਼ਾਮ ਨੂੰ ਗੁਰਦੁਆਰਾ ਸਾਹਿਬ, ਸਾਰੀ ਸੰਗਤ ਰਲ ਕੇ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ ਜਨ ਨਾਨਕ, ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਕਲਯੁੱਗ ਦੇ ਤਾਰਨਹਾਰ
ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਸਮੁੱਚੇ ਕਲਯੁਗ ਨੂੰ ਰੂਹਾਨੀਅਤ ਦਾ ਮੁਜੱਸਮਾ ਪ੍ਰਦਾਨ ਕਰਨ ਵਾਲੇ ਪਾਤਸ਼ਾਹ ਜੀ ਤਿੰਨਾਂ ਦੀ ਗੋਦ ਵਿੱਚ ਬੈਠ ਕੇ ਆਪਣੇ ਜੀਵਨ ਦੀ ਇਸ ਸ਼ਾਮ ਨੂੰ ਸੁਹੇਲੀ ਬਣਾ ਰਹੇ ਪਿਆਰੇ ਖਾਲਸਾ ਜੀ ਆਓ ਮੇਰੇ ਗੁਰਦੇਵ ਪਾਤਸ਼ਾਹ ਜੀਆਂ ਦੇ ਚਰਨਾਂ ਵਿੱਚ ਸੀਸ ਝੁਕਾਈਏ ਕੁਝ ਕਹਿਣ ਦੀ ਆਗਿਆ ਦਿਓ ਅਸੀਸ ਰੂਪ ਵਿੱਚ ਫਤਿਹ ਪ੍ਰਵਾਨ ਕਰਿਓ ਕੋਈ ਵੀ ਰਸਨਾ ਵਾਂਝੀ ਨਾ ਰਹੇ ਸਾਰੀ ਸੰਗਤ ਆਪਣੀ ਸੁਰਤੀ ਬਿਰਤੀ ਗੁਰਦੇਵ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਨਾਲ ਇਕਾਗਰ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸੰਗਤ ਜੀ ਸਾਡੇ ਕੋਲ ਬਹੁਤਾ ਲੰਮੇਰਾ ਸਮਾਂ ਨਹੀਂ ਹੈ ਸੈਕਟਰੀ ਸਾਹਿਬ ਨੇ ਸਮਾਂ ਅਨਾਊਂਸ ਕਰ ਦਿੱਤਾ ਨੇ ਵੇਖੋ ਸਾਡੇ ਤੋਂ ਮਗਰ ਗਿਆਨੀ ਸੁਖਬੀਰ ਸਿੰਘ ਜੀ ਨੇ ਆਪ ਜੀ ਦੇ ਚਰਨਾਂ ਦੇ ਵਿੱਚ ਗੁਰ ਇਤਿਹਾਸ ਰਾਹੀਂ ਸੇਵਾ ਕਰਨੀ ਹੈ ਢਾਡੀ ਜਥੇ ਨੇ ਮਗਰੋਂ ਸਾਧ ਸੰਗਤ ਜੀ ਆਪ ਜੀ ਦੀ ਸੇਵਾ ਕਰਨੀ ਹੈ ਜਿਹਨਾਂ ਨੂੰ ਸੁਣਨ ਵਾਸਤੇ ਆਪਾਂ ਸਾਰੀ ਸੰਗਤ ਇਕਾਗਰ ਹੋਏ ਹਾਂ ਇੱਕ ਕਵਿਤਾ ਜਲਦੀ ਦੇ ਨਾਲ ਆਪ ਜੀ ਦੇ ਰੂਬਰੂ ਕਰਕੇ ਖੁਸ਼ੀ ਲੈਣ ਦਾ ਯਤਨ ਕਰਨਾ ਹੈ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਜਿਨ੍ਹਾਂ ਨੇ ਉਚੇਚੇ ਤੌਰ 'ਤੇ ਸਾਨੂੰ ਹੁਕਮ ਲਾ ਕੇ ਤੁਹਾਡੇ ਦਰਸ਼ਨ ਦਦਾਰੇ ਕਰਾਏ ਨੇ ਸਤਿ ਸੰਗਤ ਜੀ ਜਿਨ੍ਹਾਂ ਦੇ ਹੁਕਮ ਨੂੰ ਸਿਰ ਮੱਥੇ 'ਤੇ ਮੰਨ ਕੇ ਗੁਰੂ ਪਿਆਰੀਆਂ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਏ ਹਾਂ ਹੁਣ ਆਓ ਆਪਣੀ ਸੁਰਤੀ ਨੂੰ ਆਪਾਂ ਇਕਾਗਰ ਕਰੀਏ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਲੈ ਚੱਲੀਏ ਸ਼ਰਧਾ ਦੇ ਨਾਲ ਮੇਲ ਖਾਂਦੀ ਕਵਿਤਾ ਆਪ ਜੀ ਦੇ ਰੂਬਰੂ ਕਹੀਏ ਬੰਦਨਾ ਦੇ ਰੂਪ ਵਿੱਚ ਰੱਖ ਕੇ ਭਰੋਸਾ ਜਿਹੜੇ ਤਰ ਜਾਂਦੇ ਨੇ ਹੁਣ ਤਰਦੇ ਕਿਵੇਂ ਨੇ ਉਹ ਆਪਾਂ ਹੁਣ ਵੇਖਣਾ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਮੇਂ ਦੀ ਨਜ਼ਾਕਤ ਨੂੰ ਪਛਾਣਦੇ ਹੋਏ ਆਪਣੇ ਕੋਲ ਸਤਿ ਸੰਗਤ ਜੀ ਜੰਗੀ ਹਥਿਆਰ ਰੱਖੇ ਚੜ੍ਹਦੀ ਕਲਾ ਵਾਲੇ ਸੂਰਮਿਆਂ ਨੂੰ ਜੰਗੀ ਟ੍ਰੇਨਿੰਗਾਂ ਦਿੱਤੀਆਂ ਮਹਾਰਾਜ ਜੀ ਨੇ ਲਾਗਲਾ ਰਾਜ ਹੈ ਰਾਜੇ ਕਹਿ ਭੀਮ ਚੰਦ ਦਾ ਇਹ ਉਹੀ ਭੀਮ ਚੰਦ ਹੈ ਜਿਹਦੇ ਪਿਤਾ ਰਾਜੇ ਦੀਪ ਚੰਦ ਨੇ ਕਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਪਾਤਸ਼ਾਹ ਕਿਰਪਾ ਕਰੋ ਸਾਡੇ ਨਗਰ ਵਿੱਚ ਆਣ ਕੇ ਸਾਡੇ ਨਗਰ ਵਿੱਚ ਚਾਲੇ ਪਾਓ ਸਾਡੇ ਨਗਰ ਦੀਆਂ ਸੰਗਤਾਂ ਨੂੰ ਦਰਸ਼ਨ ਦਦਾਰੇ ਦਿਓ ਉਸੇ ਰਾਜੇ ਭੀਮ ਚੰਦ ਦੀ ਇਹਦੇ ਪਿਤਾ ਦੀਪ ਚੰਦ ਦੀ ਬੇਨਤੀ ਨੂੰ ਮੰਨ ਕੇ ਗੁਰਦੇਵ ਪਾਤਸ਼ਾਹ ਜੀ ਇਸ ਧਰਤੀ 'ਤੇ ਆਏ ਇਹਨਾਂ ਬੇਨਤੀ ਕੀਤੀ ਮਹਾਰਾਜ ਇੱਥੇ ਨਗਰ ਵਸਾਓ ਮਹਾਰਾਜ ਜਾਣਦੇ ਸਨ ਸਤਿਗੁਰੂ ਨੇ ਕਿਹਾ ਨਗਰ ਵਸਾਵਾਂਗੇ ਧਰਤੀ ਮੁੱਲ ਖਰੀਦੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮਾਖੋਵਾਲ ਦਾ ਉੱਥੇ ਖਰੀਦਿਆ ਨਗਰ ਵਸਾਇਆ ਚੱਕ ਨਾਨਕੀ ਕਲਗੀਧਰ ਪਾਤਸ਼ਾਹ ਮਹਾਰਾਜ ਆਏ ਨਾਂ ਰੱਖ ਦਿੱਤਾ ਅਨੰਦਪੁਰ ਸਾਹਿਬ ਸਤਿਗੁਰੂ ਜੀ ਹੁਣ ਇਸ ਧਰਤੀ 'ਤੇ ਨਗਾਰੇ ਖੜਕਾਉਂਦੇ ਨੇ ਆਪਣੇ ਸਿੰਘਾਂ ਨੂੰ ਜੰਗੀ ਟ੍ਰੇਨਿੰਗਾਂ ਦਿੰਦੇ ਨੇ ਲਾਗਲਾ ਰਾਜ ਭੀਮ ਚੰਦ ਦਾ ਏ ਉਹਨੇ ਵੇਖਿਆ ਗੁਰੂ ਗੋਬਿੰਦ ਸਿੰਘ ਦਿਨੋ ਦਿਨ ਤਾਕਤ ਫੜਦਾ ਜਾ ਰਿਹਾ ਜੇ ਇਹਨੂੰ ਕਾਬੂ ਨਾ ਕੀਤਾ ਕਿਤੇ ਇਹ ਨਾ ਹੋਵੇ ਇਹ ਸਾਡੇ ਰਾਜ 'ਤੇ ਆਣ ਕੇ ਕਬਜ਼ਾ ਕਰ ਲਵੇ ਉਹਨੇ ਮੀਟਿੰਗ ਸੱਦੀ ਮੀਟਿੰਗ ਸੱਦ ਕੇ ਆਪਣੇ ਹੋਰ ਲਾਗਲੇ ਪਹਾੜੀ ਰਾਜਿਆਂ ਨੂੰ ਬਾਈ ਧਰ ਦੇ ਰਾਜਿਆਂ ਨੂੰ ਭੜਕਾਉਣ ਲੱਗਾ ਕਹਿਣ ਲੱਗਾ ਜੇ ਅਸੀਂ ਗੁਰੂ ਗੋਬਿੰਦ ਸਿੰਘ 'ਤੇ ਰਲ ਕੇ ਕਾਬੂ ਨਾ ਪਾਇਆ ਉਹ ਦਿਨ ਦੂਰ ਨਹੀਂ ਜਿੱਦਣ ਸਾਡੇ ਸਾਰਿਆਂ ਦਾ ਰਾਜ ਗੁਰੂ ਗੋਬਿੰਦ ਸਿੰਘ ਦੇ ਕੋਲ ਹੋਵੇਗਾ ਅਜੇ ਸਾਡੇ ਕੋਲ ਸਮਾਂ ਹੈ ਅਸੀਂ ਸਮੇਂ ਦੀ ਨਬਜ਼ ਨੂੰ ਪਛਾਣੀਏ ਗੁਰੂ ਗੋਬਿੰਦ ਸਿੰਘ ਦੇ ਕਾਬੂ ਪਾਉਣ ਤੋਂ ਪਹਿਲਾਂ ਅਸੀਂ ਗੁਰੂ 'ਤੇ ਕਾਬੂ ਪਾ ਲਈਏ ਪਰ ਉਹ ਨਹੀਂ ਸਨ ਜਾਣਦੇ ਇਹ ਗੁਰੂ ਆਪਣੀ ਮਰਜ਼ੀ ਨਾਲ ਇਸ ਧਰਤੀ 'ਤੇ ਆਇਆ ਹੈ ਸੰਸਾਰ ਦੇ ਵਿੱਚ ਖਾਲਸਾ ਪੰਥ ਦੀ ਸਾਜਣਾ ਕਰਨ ਵਾਸਤੇ ਸੰਸਾਰ ਦੇ ਵਿੱਚੋਂ ਜਬਰ ਜ਼ੁਲਮ ਮਿਟਾਉਣ ਵਾਸਤੇ ਖੈਰ ਕਲਗੀਧਰ ਪਾਤਸ਼ਾਹ ਮਹਾਰਾਜ ਉਹਨਾਂ ਦੇ ਖਿਲਾਫ ਸਾਧ ਸੰਗਤ ਦੀ ਸਾਜਿਸ਼ਾਂ ਘੜਨ ਲੱਗੇ ਨੇ ਰਾਜੇ ਬੈਠ ਕੇ ਜਦੋਂ ਰਾਜਿਆਂ ਨੇ ਸਾਜਿਸ਼ਾਂ ਘੜੀਆਂ ਉਸ ਵੇਲੇ ਇਸੇ ਰਾਜੇ ਭੀਮ ਚੰਦ ਦਾ ਵਜ਼ੀਰ ਦੇਵੀ ਚੰਦ ਉਹਨੇ ਗਲ ਵਿੱਚ ਪੱਲਾ ਪਾ ਕੇ ਆਖਿਆ ਰਾਜਾ ਸਾਹਿਬ ਜੇ ਇਸ ਗੁਰੂ ਦੇ ਖਿਲਾਫ ਤੁਸੀਂ ਬੈਠ ਕੇ ਵਿਚਾਰਾਂ ਘੜਦੇ ਨੇ ਤੁਹਾਨੂੰ ਜਾਣਕਾਰੀ ਗਲਤ ਮਿਲੀ ਹੈ ਉਹ ਗੁਰੂ ਤੇ ਸਾਡੇ ਸਾਰਿਆਂ ਦਾ ਸਾਂਝਾ ਗੁਰੂ ਹੈ ਉਹਦਾ ਕਿਸੇ ਨਾਲ ਵੈਰ ਨਹੀਂ ਉਹਦਾ ਕਿਸੇ ਨਾਲ ਵਿਰੋਧ ਨਹੀਂ ਉਹਦੇ ਦਰਬਾਰ 'ਤੇ ਜਿਹੜਾ ਵੀ ਚੱਲ ਕੇ ਆਵੇ ਉਹਨੂੰ ਗਲ ਨਾਲ ਲਾਉਂਦਾ ਏ ਸਾਰਿਆਂ ਨੂੰ ਆਪਣੇ ਭਰਾਵਾਂ ਬਰਾਬਰ ਪਿਆਰ ਸਤਿਕਾਰ ਦਿੰਦਾ ਏ ਅਸੀਂ ਉਸ ਗੁਰੂ ਦੇ ਨਾਲ ਟੱਕਰ ਲਵਾਂਗੇ ਸਾਨੂੰ ਹਾਰ ਦਾ ਮੂੰਹ ਵੇਖਣਾ ਪਵੇਗਾ ਲਾਗਲੇ ਰਾਜਿਆਂ ਨੇ ਭੜਕਾਇਆ ਭੀਮ ਚੰਦ ਨੂੰ ਆਖਿਆ ਭੀਮ ਚੰਦਾ ਵਜ਼ੀਰ ਤੇਰਾ ਸਿਫਤਾਂ ਗੁਰੂ ਦੀਆਂ ਕਰਦਾ ਏ ਚੰਗੀ ਗੱਲ ਨਹੀਂ ਭੀਮ ਚੰਦ ਗੁੱਸੇ ਵਿੱਚ ਆਇਆ ਆਖਣ ਲੱਗਾ ਦੇਵੀ ਚੰਦਾ ਭਰੇ ਦਰਬਾਰ ਵਿੱਚ ਮਾਫ਼ੀ ਮੰਗ ਲਾ ਤੇਰੀ ਜਾਨ ਬਖਸ਼ ਦਿਆਂਗੇ
ਨਹੀਂ ਤੇ ਜਿਹੜਾ ਅਪਰਾਧ ਤੂੰ ਕੀਤਾ ਏ ਇਹ ਅਪਰਾਧ ਤੈਨੂੰ ਜਾਨੋਂ ਮਰਵਾ ਦੇਵੇਗਾ। ਭੀਮ ਚੰਦ ਦਾ ਵਜ਼ੀਰ ਦੇਵੀ ਚੰਦ ਆਖਣ ਲੱਗਾ, ਰਾਜਾ ਸਾਹਿਬ ਸੱਚ ਨੂੰ ਫਾਂਸੀ ਬੜੇ ਪੁਰਾਣੇ ਸਮੇਂ ਤੋਂ ਹੁੰਦੀ ਆਈ ਹੈ, ਇਹ ਗੱਲ ਜਿਹੜੀ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਇਹ ਸੱਚੀ ਹੈ, ਮੇਰੀ ਗੱਲ ਨੂੰ ਕੋਈ ਝੂਠੀ ਸਾਬਤ ਨਹੀਂ ਕਰ ਸਕਦਾ। ਗੁਰੂ ਸਾਡੇ ਸਾਰਿਆਂ ਦਾ ਸਾਂਝਾ ਏ, ਉਹ ਸਾਰਿਆਂ ਨੂੰ ਸੱਚ ਦਾ ਉਪਦੇਸ਼ ਦੇਣ ਵਾਸਤੇ ਆਇਆ ਏ, ਉਹ ਜੱਗ ਤੋਂ ਜ਼ੁਲਮ ਦਾ ਨਾਸ਼ ਕਰਨ ਵਾਸਤੇ ਆਇਆ ਏ। ਜਦੋਂ ਵੇਖਿਆ ਭੀਮ ਚੰਦ ਨੇ ਵਜ਼ੀਰ ਨਹੀਂ ਸੁਧਰ ਰਿਹਾ, ਉਸੇ ਵੇਲੇ ਉਹਨੇ ਆਪਣੇ ਜਲਾਦ ਨੂੰ ਸੱਦ ਕੇ ਆਖਿਆ, ਜਲਾਦੋ ਇਹਨੂੰ ਪੈਰਾਂ ਇਹਦੇ ਹੱਥਾਂ ਵਿੱਚ ਹੱਥਕੜੀਆਂ, ਪੈਰਾਂ ਵਿੱਚ ਬੇੜੀਆਂ ਪਾ ਕੇ ਗ੍ਰਿਫਤਾਰ ਕਰ ਲਓ, ਇਹਨੂੰ ਜਾਨੋਂ ਮਾਰ ਦਿਓ, ਇਹ ਮੇਰੀ ਕਚਹਿਰੀ ਦੇ ਵਿੱਚ ਗੁਰੂ ਦੀਆਂ ਸਿਫਤਾਂ ਕਰਦਾ। ਇਉਂ ਮਿਲ ਜੇ ਸੋਚਣ ਦਾ ਯੁੱਗ ਸੂਰਜ ਚੜੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰ ਬਿਨ ਕੋਰਿਆ ਧਾਰ। ਕਰਕੇ ਹੁਕਮ ਡਲਾਤਾ ਤਾਈ ਕੋਲ ਸੀ ਬੁਲਵਾਇਆ, ਗੁੱਸੇ ਦੇ ਵਿੱਚ ਭੀਮ ਚੰਦ ਨੇ ਕਰੜਾ ਹੁਕਮ ਸੁਣਾਇਆ। ਸਾਡੇ ਘਰ ਦਾ ਖਾ ਕੇ ਸਿਫਤਾਂ ਕਰਦਾ ਗੁਰੂ ਦੇ ਯਾਰੋ, ਹੋਇਆ ਹੁਕਮ ਜਲਾਤਾ ਤਾਈ ਦੇਵੀ ਚੰਦ ਨੂੰ ਮਾਰੋ। ਓ ਕਰਕੇ ਹੁਕਮ ਡਲਾਤਾ ਤਾਈ ਕੋਲ ਸੀ ਬੁਲਵਾਇਆ, ਗੁੱਸੇ ਦੇ ਵਿੱਚ ਭੀਮ ਚੰਦ ਨੇ ਕਰੜਾ ਹੁਕਮ ਸੁਣਾਇਆ। ਸਾਡੇ ਘਰ ਦਾ ਖਾ ਕੇ ਸਿਫਤਾਂ ਕਰਦਾ ਗੁਰ ਦੀਆਂ ਯਾਰੋ, ਹੋਇਆ ਹੁਕਮ ਜਲਾਤਾ ਤਾਈ ਦੇਵੀ ਚੰਦ ਨੂੰ ਮਾਰੋ। ਓ ਬੜਾ ਆਖਿਆ ਇਹਨੂੰ ਪਰ ਨਹੀਂ ਡਰਾ ਕਿਸੇ ਤੋਂ ਡਰਦਾ, ਮੇਰੇ ਸਾਵੇਂ ਮੇਰੇ ਦੁਸ਼ਮਣ ਦੀਆਂ ਇਹ ਸਿਫਤਾਂ ਕਰਦਾ। ਹੋ ਮੇਰੇ ਦਿਲ ਵਿੱਚ ਅਗਨੀ ਮੱਚੇ ਹੇ ਦਿਲ ਨਾਲ ਠਾਰੋ, ਹੋਇਆ ਹੁਕਮ ਜਲਾਤਾ ਤਾਈ ਦੇਵੀ ਚੰਦ ਨੂੰ ਮਾਰੋ। ਓ ਲੱਖਾਂ ਤਰਲੇ ਕੱਢੇ ਜਾਹੇ ਇੱਕ ਨਾ ਇਹਦੀ ਮੰਨੋ, ਮਾਤ ਡੀਰਾ ਪੈਰੀਏ ਦੀਆਂ ਪੁੱਠੀਆਂ ਮੁਸ਼ਕਾਂ ਬੰਨੋ। ਹੁਕਮ ਮੇਰੇ ਨੂੰ ਫੌਰਨ ਮੰਨੋ, ਹੁਣ ਨਾ ਘੱਟ ਗੁਜ਼ਾਰੋ, ਹੋਇਆ ਹੁਕਮ ਜੁਲਾਤਾ ਤਾਈ ਦੇਵੀ ਚੰਦ ਨੂੰ ਮਾਰੋ। ਓ ਧੰਦੇ ਕਰਕੇ ਕਿੱਲ ਦੀਆਂ ਅੱਖਾਂ ਦੇ ਵਿੱਚ ਗੱਡੋ, ਮੂਲੋਂ ਇਸ ਦੀ ਅਲਖ ਮੁਕਾ ਦਿਓ, ਹੁਣ ਨਾ ਜਿਉਂਦਾ ਛੱਡੋ। ਹਾਂ ਜੇ ਹੋਵੇ ਤਾਂ ਇਸ ਕਾਫਰ ਦੀ ਉੱਠੀ ਖੱਲ ਤਾਰੋ, ਹੋਇਆ ਹੁਕਮ ਜਲਾਤਾ ਤਾਈ ਦੇਵੀ ਚੰਦ ਨੂੰ ਮਾਰੋ। ਓ ਮੇਰੀਆਂ ਅੱਖਾਂ ਅੱਗੋਂ ਇਸ ਨੂੰ ਜਲਦੀ ਜਲਦੀ ਲੈ ਦੋ, ਉੱਚੀ ਵੇਖ ਪਹਾੜੀ ਕੋਈ ਸਿੱਧੇ ਰਸਤੇ ਪੈ ਦੋ। ਡੂੰਗੀ ਖੱਡ ਦੇ ਕੋਲ ਲਿਜਾ ਕੇ ਇਸ ਨੂੰ ਉਸ ਵਿੱਚ ਡਾਰੋ, ਹੋਇਆ ਹੁਕਮ ਜੁਲਾਤਾ ਤਾਈ ਦੇਵੀ ਚੰਦ ਨੂੰ ਮਾਰੋ। ਓ ਰਾਜਾਂ ਦੇ ਨਾਲ ਜਿੱਤ ਨਾ ਕਰੀਏ ਕੁੱਲ ਜਮਾਨਾ ਕਹੀਂਦਾ, ਬਾਦਸ਼ਾਹਾਂ ਨਾਲ ਮੱਥਾ ਲਾਉਣਾ ਕਿੰਨਾ ਮਹਿੰਗਾ ਪੈਂਦਾ। ਹੋ ਸੱਚ ਸਮਝ ਲਾ ਦਲ ਵੀਰੇ ਦਲ ਬਿੰਦਰ ਤੇ ਸਰਦਾਰ, ਹੋਇਆ ਹੁਕਮ ਜਲਾਤਾ ਤਾਈ ਦੇਵੀ ਚੰਦ ਨੂੰ, ਦੇਵੀ ਚੰਦ ਨੂੰ, ਦੇਵੀ ਚੰਦ ਨੂੰ ਮਾਰੋ। ਸਾਧ
संगत जी उस वेले राजे ने फतवा सुना दिता कि इनू जानो मार दिता जाए जल्दी वाल समाप्ति अलावा। वैसे तो ज्ञानी जी ने 25 मिनट अनाउंस किए तो भी नहीं हुए जे। खैर उस वेले वजीर देवी चंद नूं बन के खड़िया गया उच्ची पहाड़ी ते। राजा ने राजे दे जलादा ने आख्या तुसी जल्दी दे नाल अजे भी साडी गल मान लो तो तुहाडी जान बख्श दित्ती जाएगी। देवी चंद कहिंदा मैनूं मेरे गुरु ते यकीन है। देवी चंद दीआं अखां दे विच गर्म करके किल ठोक दित्ते गए, पट्टी बन दित्ती गई, हथ पैर बन के उच्ची पहाड़ी तों सुट दित्ता गया। देवी चंद वजीर थले खड्ड विच डिग्गा। इहनूं इदां महसूस होया जिवें किसे अगमी शक्ति ने अपने हत्थां विच लै लिया होवे। गज के आखो सतनाम श्री वाहिगुरु। मेहनत मशक्कत करके अपने हथ पैर खोले, अपने शरीर नूं ढोह के वेख्या, शरीर बिलकुल नवां नरोया सी। अखां तों पट्टी खोली, कलगीधर पातशाह महाराज ने कृपा की, उहदे दोवें नेत्र भी सतसंग जी ऐ नवे नरोए सन। इह सी श्रद्धा दी। जे श्रद्धा सतगुरु जी दे चरणा दे नाल साडी है ते सतगुरु साडी हर गल नूं कबूल कर लैंदे ने। खुदा मंजूर करता है दुआ जब दिल से होती है। मुश्किल तो ये है, ये मुश्किल से होती है, जदों हो जाती है फिर वजीर देवी चंद वाली घटना वापरन लग्या समा नहीं लाउंदा। गुरु जिहड़ी बेनती कीती सी हर जुग जुग भगत उपाया पैज रखदा आया राम राय। बड़ी ढिली आवाज आउंदी है, सारी संगत गज के आखो हर जुग जुग भगत उपाया पैज रखदा आया राम राजे, नाक्ष दुष्ट हर मारिया प्रहलाद राया। होइयां फुलां दी खिमा धन्नवाद भाई साहब भाई अवतार सिंह जी जट्टा जिन्हां ने अटुट तौर ते हुक्म ला के तुहाडियां रब वर्गियां संगतां दे दर्शन ददारे कराए ने। अनेकां प्रकार दीआं गलतियां भुल्लां करके आ फतेह सांझी करो गज के आखो वाहेगुरु जी का खालसा वाहेगुरु जी की फतेह।